18 ਔਰ 19 ਦੀ ਦਰਮਿਆਨੀ ਰਾਤ ਨੂੰ ਕਲਵੰਤ ਸਿੰਘ ਸਰਪੰਚ ਪਿੰਡ ਦਹੇੜਾ ਦੀ ਮੋਟਰ ਦੇ ਉੱਤੇ ਇੱਕ ਪ੍ਰਵਾਸੀ ਮਜ਼ਦੂਰ ਸੀਗਾ, ਉਹਨਾਂ ਦਾ ਨੌਕਰ, ਉਹਦਾ ਮਰਡਰ ਹੋ ਗਿਆ ਸੀ ਔਰ ਕਿਸੇ ਨਾਮਨੂਮ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਸੀਗਾ। ਇਸ ਸੰਬੰਧੀ ਥਾਣਾ ਬਖਸ਼ੀਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਸੀਗਾ, 82 ਨੰਬਰ ਮੁਕੱਦਮਾ ਮਰਡਰ ਦਾ। ਅਤੇ ਲਗਾਤਾਰ ਇਹਦੀ ਤਫਤੀਸ਼ ਜਿਹੜੀ ਸੀਗੀ, ਸੀਏ ਸਟਾਫ ਨੂੰ ਨਾਲ ਲਿਆ, ਸਾਡੇ ਸੀਨੀਅਰ ਅਫਸਰ SPD ਸਾਹਿਬ, SPCT ਸਾਹਿਬ ਸਾਰਿਆਂ ਨੇ ਰਲ ਕੇ ਅਸੀਂ ਮਤਲਬ ਕਿ ਜਿਹੜਾ ਮੁਕੱਦਮਾ ਟਰੇਸ ਕੀਤਾ। ਇਹਦੇ ਵਿੱਚ ਅਸੀਂ 3 ਵਿਅਕਤੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਮੁਕੱਦਮੇ ਦੇ ਵਿੱਚ, ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਅੱਜ ਪੁਲਿਸ ਰਿਮਾਂਡ ਇਹਨਾਂ ਦਾ ਹਾਸਲ ਕੀਤਾ। ਸਰ, ਕਾਰਨ ਕੀ ਸੀ ਕਤਲ ਕਰਨ ਦਾ? ਜੀ ਦਾ ਕਾਰਨ ਜਿਹੜਾ ਇਹ ਮਰਨ ਵਾਲਾ ਰਾਜੂ ਹੈ, ਇਹ ਸਾ ਕੁਲਵੰਤ ਸਿੰਘ ਦਾ ਨੌਕਰ ਹੈ। ਕੁਝ ਸਮਾਂ ਪਹਿਲਾਂ ਇਹ ਜਿਹੜੇ ਅਕਿਊਜ਼ਡ ਅਮਰੀਕ ਸਿੰਘ ਹੈ, ਇਹਦੇ ਖਿਲਾਫ਼ ਇੱਕ ਮੁਕੱਦਮਾ ਦਰਜ ਕਰਵਾਇਆ ਸੀਗਾ ਕੁਲਵੰਤ ਸਿੰਘ ਉਹਨਾਂ ਨੇ। ਜਦੋਂ ਇਹ ਮੁਕੱਦਮਾ ਦਰਜ ਕਰਵਾਇਆ ਤਾਂ ਇਹ ਬੰਦੇ ਦੇ ਖਿਲਾਫ਼ ਕਣਕ ਚੋਰੀ ਹੋਣ ਦਾ ਮੁਕੱਦਮਾ ਸੀ। ਕਣਕ ਚੋਰੀ ਕਰਦਾ ਜਦੋਂ ਉਹਨੂੰ ਫੜਿਆ ਗਿਆ ਤਾਂ ਇਹਦੇ ਨਾਲ ਕੁੱਟਮਾਰ ਕੀਤੀ ਸੀਗੀ ਕੁਲਵੰਤ ਸਿੰਘ ਅਤੇ ਇਹਦੇ ਨੌਕਰ, ਜਿਹੜੇ ਬੰਦੇ ਦਾ ਕਤਲ ਹੋਇਆ ਰਾਜੂ ਦਾ। ਇਸ ਚੀਜ਼ ਨੂੰ ਜਿਹੜਾ ਸੀਗਾ ਮਨ ਦੇ ਵਿੱਚ ਰੱਖੀ ਬੈਠਾ ਸੀਗਾ ਵੀ ਮੈਨੂੰ ਕੁੱਟਮਾਰ ਕੀਤੀ ਇਹਨਾਂ ਨੇ। ਐਕਚੁਲੀ ਇਹ ਕੁੱਟਮਾਰ ਕਰਨ ਗਏ ਸੀਗੇ ਉਹਦੀ, ਲੇਕਿਨ ਕੁੱਟਮਾਰ ਜ਼ਿਆਦਾ ਹੋ ਗਈ ਅਤੇ ਉਹਦੀ ਮੌਤ ਹੋ ਗਈ। ਸਰ, ਹੁਣ ਕਿੰਨੇ ਜਣੇ ਗ੍ਰਿਫਤਾਰ ਕੀਤੇ ਨੇ ਟੋਟਲ? 3 ਬੰਦੇ ਗ੍ਰਿਫਤਾਰ ਕੀਤੇ ਨੇ, ਅਮਰੀਕਾ, ਲਵਪ੍ਰੀਤ ਔਰ ਅਰਸ਼ਦੀਪ। ਕੋਈ ਪਹਿਲਾਂ ਵੀ ਇਹਨਾਂ 'ਤੇ ਮਾਮਲਾ ਦਰਜ ਹੈਗਾ ਇਹਨਾਂ ਤੋਂ? ਪਹਿਲਾਂ ਅਮਰੀਕ ਦੇ ਉੱਤੇ ਮਾਮਲਾ ਦਰਜ ਹੈ ਚੋਰੀ ਦਾ, ਉਸ 'ਚ ਉਹ ਜਿਹੜਾ ਬੰਦਾ ਜਿਹੜੇ ਲੈ ਕੇ। ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲਿੱਤਾ ਜੀ ਇਹਨਾਂ ਦਾ? 2 ਦਿਨ ਦਾ ਪੁਲਿਸ ਰਿਮਾਂਡ ਅੱਜ ਲਿਆ। SHO ਬਖਸ਼ੀਵਾਲਾ ਨੇ ਕੱਲ੍ਹ ਸ਼ਾਮੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ, ਅੱਜ ਕੋਰਟ 'ਚ ਪੇਸ਼ ਕੀਤਾ ਅਤੇ ਪੁਲਿਸ ਰਿਮਾਂਡ ਲੈ ਲਿਆ 2 ਦਿਨ ਦਾ। 18 ਔਰ 19 ਦੀ ਦਰਮਿਆਨੀ ਰਾਤ ਨੂੰ ਕੁਲਵੰਤ ਸਿੰਘ ਸਰਪੰਚ ਪਿੰਡ ਦਹੇੜਾ ਦੀ ਮੋਟਰ ਦੇ ਉੱਤੇ ਇੱਕ ਪ੍ਰਵਾਸੀ ਮਜ਼ਦੂਰ ਸੀਗਾ, ਉਹਨਾਂ ਦਾ ਨੌਕਰ, ਉਹਦਾ ਮਰਡਰ ਹੋ ਗਿਆ ਸੀ ਔਰ ਕਿਸੇ ਨਾਮਨੂਮ ਵਿਅਕਤੀਆਂ ਵੱਲੋਂ ਕਤਲ ਕੀਤਾ ਗਿਆ ਸੀਗਾ। ਇਸ ਸੰਬੰਧੀ ਥਾਣਾ ਬਖਸ਼ੀਵਾਲਾ ਵਿਖੇ ਮੁਕੱਦਮਾ ਦਰਜ ਕੀਤਾ ਸੀਗਾ, 82 ਨੰਬਰ ਮੁਕੱਦਮਾ ਮਰਡਰ ਦਾ। ਅਤੇ ਲਗਾਤਾਰ ਇਹਦੀ ਤਫਤੀਸ਼ ਜਿਹੜੀ ਸੀਗੀ, ਸੀਏ ਸਟਾਫ ਨੂੰ ਨਾਲ ਲਿਆ, ਸਾਡੇ ਸੀਨੀਅਰ ਅਫਸਰ SPD ਸਾਹਿਬ, SPCT ਸਾਹਿਬ ਸਾਰਿਆਂ ਨੇ ਰਲ ਕੇ ਅਸੀਂ ਮਤਲਬ ਕਿ ਜਿਹੜਾ ਮੁਕੱਦਮਾ ਟਰੇਸ ਕੀਤਾ। ਇਹਦੇ ਵਿੱਚ ਅਸੀਂ 3 ਵਿਅਕਤੀ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਇਸ ਮੁਕੱਦਮੇ ਦੇ ਵਿੱਚ, ਅਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਅੱਜ ਪੁਲਿਸ ਰਿਮਾਂਡ ਇਹਨਾਂ ਦਾ ਹਾਸਲ ਕੀਤਾ। ਸਰ, ਕਾਰਨ ਕੀ ਸੀ ਕਤਲ ਕਰਨ ਦਾ? ਜੀ ਦਾ ਕਾਰਨ ਜਿਹੜਾ ਇਹ ਮਰਨ ਵਾਲਾ ਰਾਜੂ ਹੈ, ਇਹ ਸਾ ਕੁਲਵੰਤ ਸਿੰਘ ਦਾ ਨੌਕਰ ਹੈ। ਕੁਝ ਸਮਾਂ ਪਹਿਲਾਂ ਇਹ ਜਿਹੜੇ ਅਕਿਊਜ਼ਡ ਅਮਰੀਕ ਸਿੰਘ ਹੈ, ਇਹਦੇ ਖਿਲਾਫ਼ ਇੱਕ ਮੁਕੱਦਮਾ ਦਰਜ ਕਰਵਾਇਆ ਸੀਗਾ ਕੁਲਵੰਤ ਸਿੰਘ ਉਹਨਾਂ ਨੇ। ਜਦੋਂ ਇਹ ਮੁਕੱਦਮਾ ਦਰਜ ਕਰਵਾਇਆ ਤਾਂ ਇਹ ਬੰਦੇ ਦੇ ਖਿਲਾਫ਼ ਕਣਕ ਚੋਰੀ ਹੋਣ ਦਾ ਮੁਕੱਦਮਾ ਸੀ। ਕਣਕ ਚੋਰੀ ਕਰਦਾ ਜਦੋਂ ਉਹਨੂੰ ਫੜਿਆ ਗਿਆ ਤਾਂ ਇਹਦੇ ਨਾਲ ਕੁੱਟਮਾਰ ਕੀਤੀ ਸੀਗੀ ਕੁਲਵੰਤ ਸਿੰਘ ਅਤੇ ਇਹਦੇ ਨੌਕਰ, ਜਿਹੜੇ ਬੰਦੇ ਦਾ ਕਤਲ ਹੋਇਆ ਰਾਜੂ ਦਾ। ਇਸ ਚੀਜ਼ ਨੂੰ ਜਿਹੜਾ ਸੀਗਾ ਮਨ ਦੇ ਵਿੱਚ ਰੱਖੀ ਬੈਠਾ ਸੀਗਾ ਵੀ ਮੈਨੂੰ ਕੁੱਟਮਾਰ ਕੀਤੀ ਇਹਨਾਂ ਨੇ। ਐਕਚੁਲੀ ਇਹ ਕੁੱਟਮਾਰ ਕਰਨ ਗਏ ਸੀਗੇ ਉਹਦੀ, ਲੇਕਿਨ ਕੁੱਟਮਾਰ ਜ਼ਿਆਦਾ ਹੋ ਗਈ ਅਤੇ ਉਹਦੀ ਮੌਤ ਹੋ ਗਈ। ਸਰ, ਹੁਣ ਕਿੰਨੇ ਜਣੇ ਗ੍ਰਿਫਤਾਰ ਕੀਤੇ ਨੇ ਟੋਟਲ? 3 ਬੰਦੇ ਗ੍ਰਿਫਤਾਰ ਕੀਤੇ ਨੇ, ਅਮਰੀਕਾ, ਲਵਪ੍ਰੀਤ ਔਰ ਅਰਸ਼ਦੀਪ। ਕੋਈ ਪਹਿਲਾਂ ਵੀ ਇਹਨਾਂ 'ਤੇ ਮਾਮਲਾ ਦਰਜ ਹੈਗਾ ਇਹਨਾਂ ਤੋਂ? ਪਹਿਲਾਂ ਅਮਰੀਕ ਦੇ ਉੱਤੇ ਮਾਮਲਾ ਦਰਜ ਹੈ ਚੋਰੀ ਦਾ, ਉਸ 'ਚ ਉਹ ਜਿਹੜਾ ਬੰਦਾ ਜਿਹੜੇ ਲੈ ਕੇ। ਕਿੰਨੇ ਦਿਨ ਦਾ ਪੁਲਿਸ ਰਿਮਾਂਡ ਲਿੱਤਾ ਜੀ ਇਹਨਾਂ ਦਾ? 2 ਦਿਨ ਦਾ ਪੁਲਿਸ ਰਿਮਾਂਡ ਅੱਜ ਲਿਆ। SHO ਬਖਸ਼ੀਵਾਲਾ ਨੇ ਕੱਲ੍ਹ ਸ਼ਾਮੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀਗਾ, ਅੱਜ ਕੋਰਟ 'ਚ ਪੇਸ਼ ਕੀਤਾ ਅਤੇ ਪੁਲਿਸ ਰਿਮਾਂਡ ਲੈ ਲਿਆ 2 ਦਿਨ ਦਾ।